ਜੀ ਅਗਲੀ ਖਬਰ ਕਰਦੇ ਹਾਂ ਆਪਾਂ ਫੋਰਡ ਦੇ ਨਾਲ ਸੰਬੰਧਿਤ ਆ। ਇਲੈਕਟ੍ਰਿਕ ਵਹੀਕਲ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਜਿਹੜੀ ਉਹ ਹੋਈ ਸੀ ਰੀਸੈਂਟਲੀ। ਹਰਜੋਤ ਸਿੰਘ ਜੀ ਯਾਦ ਹੋਣਾ ਆਪਾਂ ਖਬਰ ਕੀਤੀ ਸੀ IAT 'ਤੇ ਜਿਹੜਾ ਟਰੱਕ ਟੈਸਲਾ ਦਾ ਸੜਿਆ ਸੀ ਬੈਟਰੀ ਵਾਲਾ, 1000 ਡਿਗਰੀ ਟੈਂਪਰੇਚਰ ਤੋਂ ਵੱਧ ਦੇ ਤਾਪਮਾਨ ਉੱਥੇ ਹੋਇਆ ਸੀ। ਬਹੁਤ ਜ਼ਿਆਦਾ ਐਕਸਟਰਾ ਜਿਹੜੀ ਆ ਉਹ ਪਾਣੀ ਵੀ ਲੱਗਾ ਅਤੇ ਜਿਹੜਾ ਰੋਡ ਵੀ ਜਿਹੜੀ ਉਹ ਬੰਦ ਕਰਨੀ ਪਈ। ਇਲੈਕਟ੍ਰਿਕ ਵਹੀਕਲਸ ਦਾ ਇੱਕ ਜਿਹੜਾ ਫੇਡ ਆ ਉਹ ਥੋੜ੍ਹਾ ਜਿਹਾ ਅੱਗੇ ਦੇ ਨਾਲੋਂ ਘਟਣਾ ਜਿਹੜਾ ਸ਼ੁਰੂ ਹੋਇਆ। ਆਪਾਂ ਨੂੰ ਪਤਾ ਵੀ ਟੈਸਲਾ ਕਿੱਦਾਂ ਜਿਹੜੀਆਂ ਉਹ ਸਸਤੀਆਂ ਹੋ ਗਈਆਂ, ਪ੍ਰਾਈਸਾਂ ਲਗਾਤਾਰ ਜਿਹੜੀਆਂ ਉਸਦੀਆਂ ਡਿੱਗ ਰਹੀਆਂ। ਹੁਣ ਫੋਰਡ ਮੋਟਰ ਨੇ ਐਲਾਨ ਕੀਤਾ ਵੀ ਉਹ ਜਿਹੜਾ ਉਹਨਾਂ ਦਾ ਨੈਕਸਟ ਜਨਰੇਸ਼ਨ ਆਲ ਇਲੈਕਟ੍ਰਿਕ ਪਿਕਅਪ ਟਰੱਕ ਜੋ ਕਿ ਨਵਾਂ ਪਲਾਂਟ ਟੈਨਸੀ ਦੇ ਵਿੱਚ ਜਿਸਦਾ ਬਣਨਾ ਸੀ ਉਸ ਨੂੰ ਉਹ ਕੈਂਸਲ ਕਰਨ ਜਾ ਰਹੇ ਆ ਵੀ ਜਿਹੜਾ 3-row ਇਲੈਕਟ੍ਰਿਕ SUV ਆ ਉਸ ਨੂੰ ਸ਼ਾਇਦ ਨਹੀਂ ਬਣਾਉਣਗੇ। ਫੋਰਡ ਕਹਿੰਦੇ ਵੀ ਹੁਣ ਡਿਵੈਲਪਮੈਂਟ ਸ਼ੁਰੂ ਕਰੂਗੀ ਹਾਈਬ੍ਰਿਡ ਮਾਡਲਸ ਦੀ। ਇਲੈਕਟ੍ਰਿਕ ਕਮਰਸ਼ੀਅਲ ਵਹੀਕਲਸ, ਇੱਕ ਨਵੀਂ ਇਲੈਕਟ੍ਰਿਕ ਕਮਰਸ਼ੀਅਲ ਵੈਨ ਜਿਹੜੀ 2026 ਦੇ ਵਿੱਚ ਜਿਹੜੀ ਆਉਣੀ ਆ, ਉਸ ਤੋਂ ਬਾਅਦ ਜਿਹੜੇ 2 EV ਪਿਕਅਪ ਟਰੱਕ ਸੀਗੇ 2027 ਦੇ ਵਿੱਚ। ਪਿਕਅਪਸ ਜਿਹੜੇ ਆ ਕਹਿੰਦੇ ਵੀ ਉਹ ਫੁੱਲ ਸਾਈਜ਼ ਟਰੱਕ ਹੋਣਗੇ, 2027 ਦੇ ਵਿੱਚ ਟੈਨਸੀ ਪਲਾਂਟ ਦੇ ਵਿੱਚ ਬਣਨੇ ਸੀਗੇ, ਜਿਹੜਾ ਕਿ ਅਜੇ ਅੰਡਰ ਕੰਸਟਰਕਸ਼ਨ ਹੈਗਾ ਆ। ਸੋ ਹੁਣ ਕਹਿੰਦੇ ਵੀ ਜਿਹੜੇ ਫੋਰਡ ਦੇ CFO ਆ ਜੌਨ ਲੌਲਰ, ਉਹਨਾਂ ਨੇ ਕਿਹਾ ਵੀ ਅਸੀਂ ਮਾਰਕੀਟ ਪਲੇਸ ਦੇ ਵਿੱਚੋਂ ਹੁਣ ਇਹ ਸਿੱਖਿਆ ਆ ਵੀ ਲੋਕ ਇਸ ਟਾਈਮ ਕਿਸ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਕਰ ਰਹੇ ਆ, ਕਮਰਸ਼ੀਅਲ ਲੈਂਡ ਟਰੱਕਸ ਐਂਡ SUVs ਦੇ ਉੱਤੇ। ਸੋ ਜਿਹੜੇ ਫੁੱਲ ਇਲੈਕਟ੍ਰਿਕ ਕਮਰਸ਼ੀਅਲ ਵਹੀਕਲਸ ਆ ਉਹਦੇ ਨਾਲੋਂ ਜਿਹੜੀਆਂ ਕੰਪਨੀਆਂ ਆ, ਵੱਡੀਆਂ ਕੰਪਨੀਆਂ ਆ, ਉਹ ਹੁਣ ਹੌਲੀ ਹੌਲੀ ਮੋੜ ਜਿਹੜਾ ਉਹ ਕੱਟਣਾ ਸ਼ੁਰੂ ਕਰ ਰਹੀਆਂ ਨੇ ਅਤੇ ਹਾਈਬ੍ਰਿਡ ਵੱਲ ਨੂੰ ਜਿਹੜਾ ਉਹ ਚਰਚਾ ਸ਼ੁਰੂ ਹੋਈ ਆ। ਪਹਿਲਾਂ ਤੋਂ ਹੀ ਇਹ ਗੱਲ ਮੰਨੀ ਜਾਂਦੀ ਸੀ ਜਾਂ ਕਹੀ ਜਾਂਦੀ ਸੀਗੀ, ਹਾਂ ਨੋ ਡਾਊਟ ਇਲੈਕਟ੍ਰਿਕ ਵਹੀਕਲਸ ਦੇ ਆਪਣੇ ਫਾਇਦੇ ਆਪਣੇ ਨੁਕਸਾਨ ਜਿਹੜੇ ਉਹ ਹੋਣਗੇ, ਪਰ ਹਾਈਬ੍ਰਿਡ ਜ਼ਿਆਦਾ ਬੈਟਰ ਸਲਿਊਸ਼ਨ ਲੋਕਾਂ ਨੂੰ ਜਿਹੜਾ ਉਹ ਨਜ਼ਰ ਆ ਰਿਹਾ ਆ, ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੁਤਾਹੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਦੀਆਂ ਹੁੰਦੀਆਂ ਆ ਉਹ ਨਿਕਲ ਜਾਂਦੀਆਂ ਆ, ਅਤੇ ਜਿਹੜੀ ਗੈਸ ਦੀ ਮਾਈਲੇਜ ਵਗੈਰਾ ਯੇ ਵੋ ਆ ਉਸ ਦੇ ਵਿੱਚ ਖਾਸਾ ਜਿਹੜਾ ਹਾਈਬ੍ਰਿਡ ਦੇ ਵਿੱਚ ਵੱਧ ਜਿਹੜਾ ਉਹ ਮਿਲਦਾ ਆ। ਸੋ ਉਹਦੇ ਵਿੱਚ ਫਾਇਦਾ ਜਿਹੜਾ ਨਜ਼ਰ ਆ ਰਿਹਾ ਅਤੇ ਹੁਣ ਆਪਣਾ EV ਪਲਾਂਟ ਜਿਹੜਾ ਬਣਾਉਣਾ ਸੀ ਉਸਨੂੰ ਇਹਨਾਂ ਨੇ ਹੁਣ ਡਿਲੇ ਕਰ ਦਿੱਤਾ ਆ ਅਤੇ 3-row SUV ਜਿਹੜਾ ਬਣਾਉਣਾ ਸੀ ਇਲੈਕਟ੍ਰਿਕ ਉਸਨੂੰ ਉਹਨਾਂ ਨੇ ਬਿਲਕੁਲ ਹੀ ਕੈਂਸਲ ਕਰ ਦਿੱਤਾ ਹੈ।